ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਹੁਕਮਨਾਮਾ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਆਪ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਸਰਵਣ ਕੀਤਾ ਹੈ। ਆਓ ਜੀ, ਇਸ ਸ਼ਬਦ ਦੀ ਵਿਚਾਰ ਆਪ ਸੰਗਤ ਅਸੀਸ ਬਖਸ਼ੋ, ਸਤਿਗੁਰੂ ਜੀ ਮੇਰ ਕਰਨ ਕਰ ਸਕੀਏ। ਵਿਚਾਰ ਆਰੰਭਣ ਤੋਂ ਪਹਿਲਾਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੀ ਭਗਤ ਰਵਿਦਾਸ ਜੀ ਕੀ। ਰਵਿਦਾਸ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਇਹ ਬਾਣੀ, ਇਹ ਸ਼ਬਦ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਕਾਰ ਕੀਤਾ, ਇਹ ਬਾਣੀ ਇਕੱਤਰ ਕੀਤੀ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਇਖਤਿਆਰ ਕਰਾਉਣ ਲੱਗਿਆਂ ਇਸ ਬਾਣੀ ਨੂੰ ਪਾਵਨ ਮੁਕੱਦਸ ਇਸ ਬੀੜ ਦੇ ਅੰਦਰ ਵਿਰਾਜਮਾਨ ਕੀਤਾ, ਸੁਸ਼ੋਭਿਤ ਕੀਤਾ। ਸੋ ਆਓ ਜੀ, ਇਹ ਸ਼ਬਦ ਦੀ ਆਰੰਭਤਾ ਹੈ ਮੰਗਲਾਚਰਨ ਤੋਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਹੈ ਪਰਮੇਸ਼ਰ, ਉਹਦੀ ਹੀ ਸਾਰੀ ਕਾਰ ਹੈ। ਸਤਿਗੁਰ ਪ੍ਰਸਾਦ ਉਸ ਗੁਰੂ ਸੱਚੇ ਪਿਤਾ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ ਜੀ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਜਿੱਥੇ ਇਸ ਮੁਕੱਦਸ ਪਾਵਨ ਬੀੜ ਦੇ ਅੰਦਰ 6 ਗੁਰੂ ਸਾਹਿਬਾਨਾਂ ਦੀ ਬਾਣੀ ਅੰਕਿਤ ਹੈ, ਉੱਥੇ ਹੀ 15 ਭਗਤਾਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਹੈ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਜਿੱਥੇ ਜਿੱਥੇ ਵੀ ਇਸ ਧਰਤੀ ਦੇ ਕਿਸੇ ਵੀ ਖਿੱਤੇ, ਕਿਸੇ ਵੀ ਕੋਨੇ 'ਤੇ ਜਿਸ ਭਗਤ ਨੇ ਬੰਦਗੀ ਇਬਾਦਤ ਕਰਕੇ ਉਸ ਸੱਚੇ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਰਿਝਾਇਆ ਹੈ, ਉਹਦੇ ਦਰਸ਼ਨਾਂ ਦੀ ਪ੍ਰਾਪਤੀ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਉਸ ਭਗਤ ਦੀ ਬਾਣੀ ਉਸ ਥਾਂ ਤੋਂ, ਭਾਵੇਂ ਉਹ ਮਹਾਰਾਸ਼ਟਰ ਤੋਂ ਹੋਏ, ਭਾਵੇਂ ਉਹ ਪਾਕਪਟਨ ਦੀ ਧਰਤੀ ਤੋਂ ਹੋਏ, ਭਾਵੇਂ ਉਹ ਰਾਜਸਥਾਨ ਦੀ ਧਰਤੀ ਤੋਂ ਹੋਏ, ਭਾਵੇਂ ਉਹ ਇਸ ਧਰਤੀ ਦੇ ਵੱਖ ਵੱਖ ਖਿੱਤਿਆਂ ਤੋਂ ਹੋਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਬਾਣੀ ਨੂੰ ਲੈ ਕੇ ਆਏ। ਅਤੇ ਇਹ ਬਾਣੀ ਹੈ ਭਗਤ ਰਵਿਦਾਸ ਜੀ ਕੀ। ਭਗਤ ਰਵਿਦਾਸ ਜੀ
ਇਸ ਸ਼ਬਦ ਦੇ ਵਿੱਚ ਇਹ ਕਹਿੰਦੇ ਹੈ ਕਿ ਇਹ ਦੁਨੀਆ ਦੇ ਲੋਕੋ ਤੁਸੀਂ ਮੰਨ ਲਓ, ਕਿਉਂਕਿ ਅੱਜ ਅਸੀਂ ਪਾਪ ਤਾਂ ਕਰਦੇ ਹਾਂ ਪਰ ਪਾਪ ਕਰਕੇ ਮੰਨਦੇ ਨਹੀਂ ਹਾਂ। ਭਗਤ ਜੀ ਕਹਿੰਦੇ ਸਾਡੇ ਅੰਦਰ ਮਲੀਨ ਬਿਰਤੀ ਹੈ, ਕਿਉਂਕਿ ਅਸੀਂ ਸਾਰੇ ਚੰਮ ਨਾਲ ਜੁੜੇ ਹੋਏ ਹਾਂ, ਸਰੀਰ ਨਾਲ ਜੁੜੇ ਹੋਏ ਹਾਂ। ਸਰੀਰ ਦੀਆਂ ਗਰਜ਼ਾਂ ਕਰਕੇ ਝੂਠ ਵੀ ਹੈ, ਫਰੇਬੀ ਵੀ ਹੈ, ਦਗਾ ਵੀ ਹੈ, ਧੋਖਾ ਵੀ ਹੈ। ਪਰ ਗੱਲ ਇਹ ਹੈ ਕਿ ਮਨੁੱਖੀ ਬਿਰਤੀ ਇਹਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਭਗਤ ਜੀ ਕਹਿੰਦੇ ਜੇ ਮੰਨ ਜਾਓ ਤਾਂ ਫਿਰ ਮਾਫ਼ੀ ਵੀ ਮਿਲ ਸਕਦੀ ਹੈ, ਜੇ ਨਾ ਮੰਨੀਏ ਤਾਂ ਫਿਰ ਮਾਫ਼ੀ ਵੀ ਨਹੀਂ ਮਿਲਣੀ। ਇਸ ਕਰਕੇ ਭਗਤ ਜੀ ਕਹਿੰਦੇ ਹਮ ਸਰ ਦੀਨ, ਸਾਡੇ ਵਰਗਾ ਭਿਖਾਰੀ ਕੋਈ ਨਹੀਂ ਹੈ, ਸਾਡੇ ਵਰਗਾ ਪਾਪੀ ਕੋਈ ਨਹੀਂ ਹੈ, ਸਾਡੇ ਵਰਗਾ ਨੀਚ ਕੋਈ ਨਹੀਂ ਹੈ, ਦਇਆਲ ਨਾ ਤੁਮ ਸਰ ਅਤੇ ਤੁਹਾਡੇ ਵਰਗਾ ਬਖਸ਼ੰਦ ਕੋਈ ਨਹੀਂ ਹੈ। ਹੇ ਪ੍ਰਭੂ, ਸਾਡਾ ਹਾਲ ਇਹ ਹੈ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਅਸੀਂ ਦੀਨ ਹਾਂ ਅਤੇ ਤੁਸੀਂ ਦਇਆਲ ਹੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਣ, ਅਸੀਂ ਦੀਨ ਹਾਂ ਹਮ ਸਰ ਦੀਨ, ਦਇਆਲ ਨਾ ਤੁਮ ਸਰ, ਕਿ ਸਾਡਾ ਹਾਲ ਇਹ ਹੈ ਮਾਧੋ, ਪ੍ਰਭੂ ਜੀ ਅਸੀਂ ਇਵੇਂ ਹਾਂ। ਮਾਧੋ ਤੁਸੀਂ ਸਮਝੋ, ਦੇਖੋ ਗੁਰੂ ਕੇ ਪਿਆਰਿਓ, ਇਹ ਭਗਤ ਜੀ ਦੀ ਉਸ ਪ੍ਰਭੂ ਵਾਹਿਗੁਰੂ ਜੀ ਦੇ ਨਾਲ ਸਿੱਧੀ ਗੱਲਬਾਤ ਹੈ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਸਾਡੇ ਵਰਗਾ ਕੋਈ ਪਾਪੀ ਇਸ ਧਰਤੀ 'ਤੇ ਨਹੀਂ ਹੈ, ਪਰ ਤੁਹਾਡੇ ਵਰਗਾ ਪ੍ਰਭੂ ਜੀ ਬਖਸ਼ੰਦ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਹੈ, ਨਿਰਪ ਕੰਨਿਆ ਕਹਿ ਕਾਰਨ ਹੈ, ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ, ਤੌਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਪੁਕ ਗ੍ਰਾਸੈ। ਅਸੀਂ ਆਏ ਤਾਂ ਕਾਮ ਦੇ ਵਿੱਚ, ਕਾਮਨਾਵਾਂ ਦੇ ਵਿੱਚ ਲੁਭਤ ਹੋ ਕੇ ਤੁਹਾਡੀ ਸੰਗਤ ਦੇ ਵਿੱਚ, ਤੁਹਾਡੀ ਸੋਭਤ ਦੇ ਵਿੱਚ, ਕਿ ਅਸੀਂ ਕਾਮਨਾਵਾਂ ਦੀ ਪੂਰਤੀ ਕਰਨ ਆਏ, ਪਰ ਤੁਸੀਂ ਦਿਆਲ ਬਖਸ਼ੰਦ ਹੋ, ਤੁਸੀਂ ਸਾਡੇ ਪਿਛਲੇ ਅਵਗੁਣ ਬਖਸ਼ ਕੇ ਸਾਨੂੰ ਅੱਗੇ ਮਾਰਗ ਪਾ ਦਿੱਤਾ, ਸਾਨੂੰ ਭਗਤੀ ਦਾ ਦਾਨ ਦੇ ਦਿੱਤਾ, ਇਹ ਤੁਹਾਡੀ ਦਾਤ ਹੈ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਇਹਨੂੰ ਹੀ ਕਿਹਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਤੁਸੀਂ ਸੋਹਣੇ ਤੋਂ ਸੋਹਣੇ ਹੋ, ਪਵਿੱਤਰ ਤੋਂ ਪਵਿੱਤਰ ਹੋ, ਸਤਿਗੁਰੂ ਜੀ ਕਿਰਪਾ ਕਰੋ। ਕਿਸ ਤਰ੍ਹਾਂ ਦੀ ਕਿਰਪਾ ਕਰੋ, ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ, ਸਾਡਾ ਸੁਭਾਅ ਮਿੱਟੀ ਵਰਗਾ, ਮਿੱਟੀ ਨੂੰ ਧੋ ਕੇ ਵੀ ਕਿੰਨਾ ਕੁ ਪਵਿੱਤਰ ਕੀਤਾ ਜਾ ਸਕਦਾ ਇਹ ਤੁਸੀਂ ਸਾਰੇ ਜਾਣਦੇ ਹੋ, ਮਿੱਟੀ ਧੋ ਕੇ ਵੀ ਉਹੋ ਜਿਹੀ ਹੈ, ਅਤੇ ਅਸੀਂ ਵੀ ਪਵਿੱਤਰ ਹੋ ਕੇ ਫਿਰ ਪਾਪੀ ਦੇ ਪਾਪੀਆਂ। ਅਤੇ ਇੱਥੇ ਭਗਤ ਜੀ ਕਹਿੰਦੇ ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਪਤਿਆਰ ਦਾ ਮਤਲਬ ਮੈਂ ਕੀ ਪ੍ਰਤਾਵਾ ਕਰਾਂ, ਮੈਂ ਕੀ ਪੇਸ਼ਕਾਰਾ ਦਿਖਾਵਾਂ, ਕਿ ਮੈਂ ਆਪਣੇ ਪਾਪਾਂ ਨੂੰ ਦਿਖਾਵਾਂ, ਮੈਂ ਆਪਣੇ ਝੂਠ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਾਂ, ਕਿ ਮੈਂ ਆਪਣੀ ਫਰੇਬੀ ਆਪਣੀ ਠੱਗੀ, ਕਿਉਂਕਿ ਕਈ ਜਨਮਾਂ ਤੋਂ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾ, ਮੈਂ ਕੀ ਪਤਿਆਰ ਕਰਾਂ, ਮੈਂ ਕੀ ਦਿਖਾਵਾ ਕਰਾਂ, ਬਚਨੀ ਤੋਰ ਮੋਰ ਮਨ ਮਨ ਹੈ, ਬਸ ਤੁਸੀਂ ਇਹ ਕਿਰਪਾ ਕਰੋ ਕਿ ਤੁਹਾਡੇ ਬਚਨਾਂ ਵਿੱਚ ਮੇਰਾ ਮਨ ਮੰਜ ਹੈ। ਅਤੇ ਬਚਨ ਕੀ ਹੈ ਜੀ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਜਾਲੇ, ਨਿਰ ਧਨ ਕਉ ਧਨ ਅੰਦਲੇ ਕੌਟਿਕ, ਮਾਤ ਦੂਧ ਜੈਸੇ ਬਾਲੇ। ਇਹ ਹੈ ਗੁਰੂ ਕਾ ਬਚਨ ਜਿਹੜਾ ਸਦਾ ਨਾਲ ਰਹਿਣ ਵਾਲਾ ਹੈ, ਕਿ ਤੁਹਾਡੇ ਬਚਨ ਵਿੱਚ ਮੇਰਾ ਮਨ ਮੰਨ ਜਾਏ। ਅਤੇ ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਹੈ ਕਿ ਜਿਹੜੇ ਅੰਦਰ ਦੀ ਤ੍ਰਿਸ਼ਨਾ ਵਾਲੀ ਅੱਗ ਹੈ ਉਹ ਸਿਰਫ ਗੁਰੂ ਦੇ ਬਚਨ ਤੋਂ ਹੀ ਮਿਟ ਸਕਦੀ ਹੈ। ਸਤਿਗੁਰੂ ਜੀ ਕਹਿੰਦੇ ਹੈ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ। ਕਹਿੰਦੇ ਗੁਰੂ ਦੀ ਬਚਨ ਦੇ ਨਾਲ ਮਹਾਂ ਸੰਤੋਖ ਪੈਦਾ ਹੁੰਦਾ ਹੈ, ਪ੍ਰਭ ਸਿਉਂ ਲੱਗੈ ਪੂਰਨ ਧਿਆਨ, ਇਹ ਹੈ ਗੁਰੂ ਦਾ ਬਚਨ। ਅਤੇ ਇਸ ਬਚਨ ਵਾਸਤੇ ਭਗਤ ਜੀ ਕਹਿੰਦੇ ਮੈਂ ਸਭ ਕੁਛ ਕਰਨ ਨੂੰ ਤਿਆਰ ਹਾਂ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋਂ ਹਮ ਭਏ ਹੈ ਚਕੋਰਾ, ਜੋ ਤੂੰ ਪਹਾੜ ਹੈ ਅਤੇ ਮੈਂ ਮੋਰ ਬਣ ਕੇ ਇਸ ਪਹਾੜ ਉੱਤੇ ਪੈਲੀਆਂ ਪਾਵਾਂਗਾ, ਜੇ ਤੁਸੀਂ ਚੰਦ ਹੋ ਪ੍ਰਭੂ ਜੀ ਮੈਂ ਚਕੋਰ ਬਣ ਕੇ ਤੁਹਾਡੇ 'ਤੇ ਬਲਹਾਰ ਤੁਹਾਨੂੰ ਵੇਖਦਾ ਰਹਾਂਗਾ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋਂ ਹਮ ਪਏ ਹੈ ਚਕੋਰਾ, ਇਸ ਰੂਪ ਦੇ ਵਿੱਚ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਨਾਲ ਪ੍ਰੀਤ ਬਣੀ ਰਹੇ। ਬਚਨੀ ਤੋਰ ਮੋਰ ਮਨ ਮਾਨੈ,
ਜਨ ਕੋ ਪੂਰਨ ਦੀਜੈ, ਤੁਸੀਂ ਕਿਰਪਾ ਕਰਕੇ ਪੂਰਨ ਤੋਂ ਭਾਵ ਹੈ ਸਾਡੇ ਅੰਦਰ ਪੂਰਨ ਵਿਸ਼ਵਾਸ ਦਿਓ। ਅੱਜ ਜਿਹੜੀ ਇਹ ਮਹਾਂਕਰੋਪ ਇਸ ਧਰਤੀ 'ਤੇ ਪਈ ਹੋਈ ਹੈ, ਸਤਿਗੁਰੂ ਜੀ ਤੁਹਾਡੇ ਬਚਨ ਦੇ ਉੱਤੇ ਮੇਰਾ ਮਨ ਮੰਨ ਜਾਏ ਅਤੇ ਅਸੀਂ ਇਸ ਮਹਾਂਕਰੋਪੀ ਦੇ ਵਿੱਚ ਜਿਹੜੇ ਚਿੰਤਤ ਹੈਗੇ ਹਾਂ, ਅਸੀਂ ਇਸ ਮਹਾਂਕਰੋਪੀ ਤੋਂ ਡਰੇ ਪਏ ਹਾਂ, ਅਸੀਂ ਤੁਹਾਡੀ ਬਖਸ਼ਿਸ਼, ਤੁਹਾਡੇ ਬਚਨ, ਤੁਹਾਡੇ ਸ਼ਬਦ, ਤੁਹਾਡੇ ਨਾਮ ਵਿੱਚ ਟਿਕ ਕੇ ਪੂਰਨ ਰੂਪ ਦੇ ਵਿੱਚ ਤੁਹਾਡੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਪੂਰਨ ਰੂਪ ਦੇ ਵਿੱਚ ਸਾਡਾ ਮਨ ਅਡੋਲ ਹੋ ਜਾਏ। ਰਹਾਉ ਦੀ ਤੁਕਾਂ ਦੇ ਵਿੱਚ ਕੀ ਬਖਸ਼ਿਸ਼ ਕਰਦੇ ਨੇ ਜੀ, ਹਾਂ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਉ। ਭਗਤ ਜੀ ਕਹਿੰਦੇ ਮੈਂ ਬਲਹਾਰ ਜਾਂਦਾ, ਹਾਂ ਬਲ ਬਲ ਜਾਉ ਰਮਈਆ ਕਾਰਨੇ, ਤੁਹਾਡੇ ਤੋਂ ਇਹਨੂੰ ਹੀ ਕਿਹਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਗ ਤੂੰ ਹਰ ਪਿਤਾ ਮਾਇਆ। ਤੁਹਾਡੀ ਕਿਰਪਾ ਸਦਕੇ ਪ੍ਰਭੂ ਜੀ ਮੈਂ ਇਸ ਮਾਰਗ 'ਤੇ ਤੁਰਿਆ, ਤੁਹਾਡੀ ਕਿਰਪਾ ਸਦਕੇ ਮੈਂ ਤੁਹਾਡੇ ਤੋਂ ਬਲਹਾਰ ਜਾਂਦਾ, ਅਤੇ ਪਰ ਮੈਨੂੰ ਇਹ ਗੱਲ ਦੱਸੋ, ਕਾਰਨ ਕਵਨ ਅਬੋਲ, ਤੁਸੀਂ ਮੇਰੇ ਤੋਂ ਬੋਲਦੇ ਕਿਉਂ ਨਹੀਂ ਹੋ ਪ੍ਰਭੂ ਜੀ, ਤੁਸੀਂ ਮੈਥੋਂ ਨਾਰਾਜ਼ ਕਿਉਂ? ਇਹਦਾ ਕਾਰਨ ਇਹ ਹੈ, ਉਹ ਪ੍ਰਭੂ ਦੀ ਬੋਲੀ ਹੈ ਮਿੱਠੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੋੜਾ। ਉਸ ਪ੍ਰਭੂ ਦੀ ਬੋਲੀ ਹੈ ਮਿੱਠੀ, ਪਰ ਸਾਡੀ ਬੋਲੀ ਹੈ ਮਾਇਆ ਵਾਲੀ, ਅਸੀਂ ਮਾਇਆ ਦੇ ਵਿੱਚ ਬੋਲਦੇ ਹਾਂ। ਅਸੀਂ ਇਹ ਮਨ ਜਿਹੜਾ ਹੈ ਨਾ ਸਾਡਾ, ਇਹ ਜਿਹੜਾ ਮਨ ਹੈ ਇਹ ਲੋਭ ਰਤ ਦੇ ਵਿੱਚ ਰਤਿਆ ਪਿਆ, ਲੋਭ ਦੀ ਬੋਲੀ ਉਹ ਨਹੀਂ ਸਮਝ ਸਕਦਾ। ਜੇ ਕੋਈ ਸਾਡੇ ਸਾਹਮਣੇ ਅੰਗਰੇਜ਼ੀ ਬੋਲਣ ਵਾਲਾ ਆ ਜਾਏ, ਉਹਨੂੰ ਪੰਜਾਬੀ ਨਾ ਸਮਝ ਆਉਂਦੀ ਰਹੇ, ਅਸੀਂ ਲਗਾਤਾਰ ਪੰਜਾਬੀ ਬੋਲੀ ਜਾਈਏ, ਉਹ ਸਾਡੇ ਨਾਲ ਕਿਵੇਂ ਬੋਲੇਗਾ? ਇਹੀ ਕਾਰਨ ਹੈ ਕਿ ਪ੍ਰਭੂ ਸਾਡੇ ਨਾਲ ਬੋਲਦੇ ਨੇ। ਅਸੀਂ ਬੋਲਦੇ ਹਾਂ ਮਾਇਆ ਦੀ ਬੋਲੀ, ਅਤੇ ਪ੍ਰਭੂ ਬੋਲਦੇ ਨੇ ਮਾਇਆ ਦੀ, ਕਿਰਪਾ ਦੀ, ਬਖਸ਼ਿਸ਼ ਦੀ, ਮਿੱਠੀ ਬੋਲੀ। ਅਤੇ ਇਹ ਕਾਰਨ ਨੇ, ਕਾਰਨ ਕਵਨ ਅਬੋਲ ਰਹਾਓ, ਕੀ ਕਾਰਨ ਹੈ ਪ੍ਰਭੂ ਜੀ ਤੁਸੀਂ ਸਾਡੇ ਨਾਲ ਬੋਲਦੇ ਨਹੀਂ? ਅੱਗੇ ਬਖਸ਼ਿਸ਼ ਕਰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਅਸੀਂ ਬਹੁਤ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਪਏ ਹਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸਿੰਜਰੀਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਇਹ ਵੇਲਾ ਜਿਹੜਾ ਸਮਾਂ ਹੈ ਨਾ, ਦੇਖੋ ਪਿਆਰੇ, ਹੁਣ ਅਸੀਂ ਸਾਰੇ ਘਰਾਂ ਦੇ ਵਿੱਚ ਬੈਠੇ ਹਾਂ, ਇਹ ਵੀ ਕੁਦਰਤ ਦੀ ਕਰੋਪੀ ਹੈ। ਕੁਦਰਤ ਕੀ ਚਾਹੁੰਦਾ ਸਾਡੇ ਤੋਂ, ਇਹ ਕੁਦਰਤ ਹੀ ਜਾਣਦੀ ਹੈ, ਰੱਬ ਹੀ ਜਾਣਦੇ। ਪਰ ਜੇ ਬੈਠੇ ਹਾਂ ਅਤੇ ਦਿਨ ਰਾਤ ਇਹ ਬਚਨ ਚੇਤੇ ਕਰੀਏ ਕਿ ਅੱਜ ਤੋਂ ਪਹਿਲਾਂ ਅਸੀਂ ਕਦੀ ਇੰਨੇ ਸਬਰ, ਸੰਤੋਖ, ਟਿਕਾ ਦੇ ਨਾਲ ਨਹੀਂ ਟਿਕ ਕੇ ਬੈਠੇ। ਤੁਸੀਂ ਕਿਰਪਾ ਕਰੋ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਇਹ ਸਮਾਂ ਹੁਣ ਤੁਹਾਡੇ ਲੇਖੇ ਲਾਈਏ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਕਿ ਹੁਣ ਰਵਿਦਾਸ ਜੀ ਨੂੰ ਇੱਕੋ ਇੱਕ ਪ੍ਰਭੂ ਦੇ ਦਰਸ਼ਨਾਂ ਦੀ ਆਸ ਹੈ। ਰਵਿਦਾਸ ਜੀ ਕਹਿੰਦੇ ਚਿਰ ਭਇਓ, ਬੜੇ ਚਿਰ ਤੋਂ, ਇਹਨੂੰ ਹੀ ਕਿਹਾ ਚਿਰੰਕਾਲ ਇਹ ਦੇਹ ਸੰਜਰੀਆ, ਚਿਰ ਭਇਓ ਦਰਸ਼ਨ ਦੇਖੇ, ਸਾਡੀ ਬੋਲੀ ਮਾੜੀ ਹੋ ਗਈ ਹੈ, ਸਾਡੀ ਤੱਕਣੀ ਮਾੜੀ ਹੋ ਗਈ ਹੈ, ਸਾਡੀ ਸੋਚਣੀ ਮਾੜੀ ਹੋ ਗਈ ਹੈ, ਸਭ ਕੁਛ ਮਲੀਨ ਹੋ ਗਿਆ, ਕਿਉਂਕਿ ਤੁਹਾਡੇ ਦਰਸ਼ਨਾਂ ਦੀ ਪਿਆਸ ਖਤਮ ਹੋ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਦੇ ਹੁਕਮਨਾਮੇ ਦੀ ਆਖਰੀ ਤੁਕਾਂ ਇਹ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਮੇਰੇ ਅੰਦਰ ਆਸ ਪਿਆਸੀ ਪਿਰਕੈ ਤਾਈ, ਜਿਉਂ ਚਾਤ੍ਰਿਕ ਬੁੰਦੇਰੇ, ਕਹੋ ਨਾਨਕ ਜੀਅਰਾ ਬਲਹਾਰੀ, ਦੇਹੋ ਦਰਸ ਪ੍ਰਭ ਮੇਰੇ, ਚਿਰ ਭਇਓ ਦਰਸ਼ਨ ਦੇਖੇ। ਪ੍ਰਭੂ ਜੀ ਤੁਸੀਂ ਆਪਣੇ ਦਰਸ਼ਨਾਂ ਦੀ ਤਾਂਘ, ਆਪਣੇ ਦਰਸ਼ਨ ਦਿਓ। ਸਾਹਿਬ ਜੀ ਮਿਹਰ ਕਰਨ, ਇਸ ਕਰੋਪੀ ਭਰੇ ਸਮੇਂ ਦੇ ਵਿੱਚ ਸਾਰੇ ਸੰਸਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਾਰੇ ਜੀਵਾਂ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਨ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਰੇ। ਸਤਿਗੁਰੂ ਜੀ ਆਪਣੇ ਬਿਰਧ ਨੂੰ ਸੰਭਾਲਣ ਅਤੇ ਸਾਡੇ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ, ਭਰੋਸਾ ਬਖਸ਼ਣ, ਅੰਦਰ ਦੀ ਪ੍ਰੀਤ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।